Hey guys, subscribe and press the bell icon to never miss a video from Gabru. ਬਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਦੇ ਵਿੱਚ ਆਪਣੀ ਅਦਾਕਾਰੀ ਦਿਖਾਉਣ ਜਾ ਰਹੇ ਨੇ ਐਮੀ ਵਿਰਕ। ਜੀ ਹਾਂ, ਐਮੀ ਵਿਰਕ ਦੀਆਂ ਇਸ ਸਾਲ ਇੱਕ ਨਹੀਂ ਬਲਕਿ ਦੋ ਬਾਲੀਵੁੱਡ ਮੂਵੀਜ਼ ਆ ਰਹੀਆਂ ਨੇ। ਇਸ ਤੋਂ ਇਲਾਵਾ ਗੱਲ ਕਰੀਏ ਬਾਲੀਵੁੱਡ ਮੂਵੀਜ਼ ਦੀ ਤਾਂ ਉਹਨਾਂ ਦੀਆਂ 3 ਮੂਵੀਜ਼ ਬੈਕ ਟੂ ਬੈਕ ਰਿਲੀਜ਼ ਹੋਣਗੀਆਂ। ਸੋ ਆਪਣੀਆਂ ਮੂਵੀਜ਼ ਦੇ ਨਾਲ ਸਾਨੂੰ ਸਭ ਨੂੰ ਬੈਕ ਟੂ ਬੈਕ ਐਂਟਰਟੇਨ ਕਰਨ ਵਾਲੇ ਐਮੀ ਵਿਰਕ ਨੇ ਆਪਣੀ ਨੈਕਸਟ ਐਲਬਮ ਦੀ ਅਨਾਊਂਸਮੈਂਟ ਵੀ ਕਰ ਦਿੱਤੀ ਹੈ। ਤੁਸੀਂ ਚੈੱਕ ਕਰੋ ਉਹਨਾਂ ਦੀ ਇਹ ਵੀਡੀਓ। ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਸਾਰੇ ਗਾਣਿਆਂ ਨੂੰ, ਸਾਰੀਆਂ ਫਿਲਮਾਂ ਨੂੰ। ਤੇ ਅਸੀਂ ਹੁਣ ਬਸ 2 ਹਿੰਦੀ ਫਿਲਮਾਂ ਨੈਕਸਟ ਈਅਰ ਆਪਣੀਆਂ, 2 ਜਾਂ 3 ਪੰਜਾਬੀ ਹੋਣਗੀਆਂ। ਤੇ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ। ਤੇ ਐਲਬਮ ਵੀ ਆਪਣੀ ਜੂਨ ਮੋਸਟ ਪ੍ਰੋਬਬਲੀ ਫਸਟ ਵੀਕ ਜਾਂ ਜੂਨ ਦੇ 10-12 ਤਰੀਕ ਨੂੰ ਫਿਲਮ ਰਿਲੀਜ਼ ਹੋ ਜਾਣੀ ਜੂਨ ਦੀ। ਸੋ ਐਮੀ ਵਿਰਕ ਨੇ ਲਾਈਵ ਹੋ ਕੇ ਆਪਣੀ ਇਸ ਨਵੀਂ ਆ ਰਹੀ ਐਲਬਮ ਦੀ ਅਨਾਊਂਸਮੈਂਟ ਕੀਤੀ ਜੋ ਕਿ ਜੂਨ ਦੇ ਵਿੱਚ ਰਿਲੀਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਖਾਸ ਤੌਰ ਤੇ ਥੈਂਕ ਯੂ ਕੀਤਾ ਆਪਣੀ ਆਡੀਅੰਸ ਦਾ, ਜਿਨ੍ਹਾਂ ਨੇ ਉਹਨਾਂ ਦੇ ਕੰਮ ਨੂੰ ਹਮੇਸ਼ਾ ਪਿਆਰ ਦਿੱਤਾ ਹੈ। ਇਸ ਦੇ ਨਾਲ ਹੀ ਐਮੀ ਵਿਰਕ ਬਹੁਤ ਐਕਸਾਈਟਡ ਨੇ ਆਪਣੀ ਆਉਣ ਵਾਲੀ ਮੂਵੀ ਮੁਕਲਾਵਾ ਦੇ ਲਈ ਜੋ ਕਿ 24th May ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੇ ਦਈਏ ਕਿ ਐਮੀ ਵਿਰਕ ਦੀ ਮੂਵੀ ਮੁਕਲਾਵਾ ਦੇ ਸਾਰੇ ਸੌਂਗਸ ਦੀ ਆਡੀਓ ਰਿਲੀਜ਼ ਹੋ ਚੁੱਕੀ ਹੈ। ਮੇਰੇ ਖਿਆਲ ਨਾਲ ਐਮੀ ਵਿਰਕ ਨੇ ਆਪਣੇ ਉਹਨਾਂ ਫੈਨਸ ਨੂੰ ਇਹ ਗਿਫਟ ਦਿੱਤਾ ਹੈ ਜੋ ਉਹਨਾਂ ਦੇ ਹਰ ਨਵੇਂ ਪ੍ਰੋਜੈਕਟ ਦੇ ਲਈ ਐਕਸਾਈਟਡ ਰਹਿੰਦੇ ਨੇ। ਸੋ ਇਹ ਆਡੀਓ ਜੂਕ ਬਾਕਸ ਰਿਲੀਜ਼ ਹੋ ਚੁੱਕਾ ਹੈ ਵਾਈਟ ਹਿੱਲ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ ਦੇ ਉੱਤੇ, ਜਿਸ ਦੇ ਵਿੱਚ ਟੋਟਲ 8 ਸੌਂਗ ਤੁਹਾਨੂੰ ਸੁਣਨ ਨੂੰ ਮਿਲਣਗੇ। ਅਤੇ ਤੁਸੀਂ ਇੰਜੋਏ ਕਰੋ ਇਹਨਾਂ ਸੌਂਗਸ ਨੂੰ। ਅਤੇ ਤੁਹਾਨੂੰ ਸੌਂਗ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਾ ਕੇ ਜ਼ਰੂਰ ਦੱਸਣਾ। ਅਤੇ ਇਹੋ ਜਿਹੀਆਂ ਹੋਰ ਵੀ ਲੇਟੈਸਟ ਅਤੇ ਇੰਟਰਸਟਿੰਗ ਨਿਊਜ਼ ਜਾਣਨ ਦੇ ਲਈ ਤੁਸੀਂ ਸਾਡਾ ਯੂਟਿਊਬ ਚੈਨਲ gabru.com ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਹੇਠਾਂ ਦਿੱਤੇ ਹੋਏ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਜ਼ਰੂਰ ਆਨ ਕਰ ਲੈਣਾ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।